ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਬੱਚੋ, ਉਰੇ ਆਪਣਾ ਕੁਐਸਚਨ ਹੈਗਾ, ਹਾਊ ਮੈਨੀ ਮਈਰਮੈਂਟਸ ਆਰ ਰਿਕੁਆਇਰਡ ਟੂ ਕੰਸਟਰਕਟ ਆਰ ਰੈਕਟੈਂਗਲ। ਇੱਕ ਰੈਕਟੈਂਗਲ ਨੂੰ ਕੰਸਟਰਕਟ ਕਰਨ ਲਈ ਆਪਾਂ ਨੂੰ ਕਿੰਨੀ ਮਈਰਮੈਂਟ, ਮਈਰਮੈਂਟ ਮਤਲਬ ਐਂਗਲ ਜਾਂ ਸਾਈਡਸ, ਕਿੰਨੀ ਆਪਾਂ ਨੂੰ ਚਾਹੀਦੀ ਹੈ ਉਹਦੇ ਤਾਂ ਕਿ ਆਪਾਂ ਇੱਕ ਰੈਕਟੈਂਗਲ ਨੂੰ ਕੰਸਟਰਕਟ ਕਰ ਸਕੀਏ। ਆਪਾਂ ਨੂੰ ਆਪਸ਼ਨਸ ਦੇਖੋ ਕੀ ਦਿੱਤੀਆਂ ਹੋਈਆਂ, 2, 3, 4, 5। ਠੀਕ ਹੈ, ਆਹ ਆਪਾਂ ਨੂੰ ਆਪਸ਼ਨ ਦਿੱਤੀ ਹੋਈ ਹੈ। ਆਪਾਂ ਪਹਿਲਾਂ ਰੈਕਟੈਂਗਲ ਦੀ ਡੈਫੀਨੇਸ਼ਨ ਦੇਖਦੇ ਹਾਂ। ਰੈਕਟੈਂਗਲ ਦੇਖੋ ਹੁੰਦਾ ਕੀ ਹੈ, ਕਿਹੜੀ ਫਿਗਰ ਨੂੰ ਆਪਾਂ ਰੈਕਟੈਂਗਲ ਕਹਿੰਦੇ ਹਾਂ। ਰੈਕਟੈਂਗਲ ਓਪੋਜ਼ਿਟ ਸਾਈਡਸ ਉਹਦੀਆਂ ਕਿਆ ਹੁੰਦੀਆਂ, ਇਕੁਅਲ। ਓਪੋਜ਼ਿਟ ਸਾਈਡਸ ਆਰ ਇਕੁਅਲ ਐਂਡ 4 ਐਂਗਲਸ ਈਚ ਆਫ 90 ਡਿਗਰੀ। 4 ਐਂਗਲਸ ਹੁੰਦੇ ਆ 90 ਡਿਗਰੀ ਦੇ ਹੁੰਦੇ ਆ, ਮਤਲਬ 90 ਉੱਥੇ ਆਪਾਂ ਨੂੰ ਦਿੱਤਾ ਨਹੀਂ ਹੁੰਦਾ, ਪਰ ਆਪਾਂ ਨੂੰ ਰੈਕਟੈਂਗਲ ਨੇਮ ਤੋਂ ਹੀ ਪਤਾ ਲੱਗ ਜਾਂਦਾ ਜਿਹੜੇ 4 ਐਂਗਲਸ ਬਣਨਗੇ ਉਹ ਕਿਹਦੇ ਬਣਨਗੇ, 90 ਡਿਗਰੀ ਦੇ ਬਣਨਗੇ। ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ, ਜੇ ਦੇਖੋ ਹੁਣ ਮੇਰੇ ਕੋਲ 2 ਸਾਈਡਸ ਗਿਵਨ ਹੋਣ, ਮੰਨ ਲਓ ਇੱਕ ਸਾਈਡ ਮੇਰੇ ਕੋਲ 5 ਸੈਂਟੀਮੀਟਰ ਹੈ ਅਤੇ ਦੂਜੀ ਮੇਰੇ ਕੋਲ 4 ਸੈਂਟੀਮੀਟਰ ਹੈ। ਹੁਣ ਆਪਾਂ ਕੀ ਕਹਿ ਆਪਾਂ ਉੱਪਰ ਕੀ ਕਿਹਾ, ਰੈਕਟੈਂਗਲ ਦੀ ਓਪੋਜ਼ਿਟ ਸਾਈਡ ਇਕੁਅਲ ਹੁੰਦੀ ਹੈ, ਮਤਲਬ ਇੱਕ ਹੋਰ 5 ਹੋਏਗੀ, ਇੱਕ ਹੋਰ 4 ਹੋਏਗੀ। ਠੀਕ ਹੈ, ਇਹੀ ਕਿਹਾ ਆਪਾਂ। ਦੇਖੋ ਹੁਣ ਜੇ ਮੇਰੇ ਕੋਲ ਸਾਈਡਸ ਗਿਵਨ ਹੈ, ਹਾਂ ਮੈਂ ਇੱਕ ਸਾਈਡ ਡਰਾ ਕਰ ਲਈ 5 ਸੈਂਟੀਮੀਟਰ। ਠੀਕ ਹੈ, ਫਿਰ ਹੁਣ ਰੈਕਟੈਂਗਲ ਵਰਡ ਤੋਂ ਹੀ ਮੈਨੂੰ ਪਤਾ ਲੱਗ ਗਿਆ ਕਿ 90 ਦਾ ਐਂਗਲ ਬਣੂਗਾ। ਉੱਥੇ ਆਪਾਂ ਨੂੰ ਦਿੱਤਾ ਨਹੀਂ ਹੋਏਗਾ, ਪਰ ਆਪਾਂ ਨੂੰ ਫਿਰ ਵੀ ਪਤਾ ਲੱਗ ਜਾਏਗਾ ਡੈਫੀਨੇਸ਼ਨ ਤੋਂ ਕਿ 90 ਦਾ ਐਂਗਲ ਬਣੇਗਾ ਹੀ ਬਣੇਗਾ। ਤਾਂ ਮੈਂ ਦੋਨਾਂ ਸਾਈਡ 90 ਦਾ ਐਂਗਲ ਬਣਾ ਲਿਆ। ਫਿਰ ਹੁਣ ਇੱਥੇ ਮੈਂ 4 'ਤੇ ਆਰਕ ਲਗਾਈ, ਇੱਥੇ ਵੀ ਮੈਂ 4 'ਤੇ ਆਰਕ ਲਗਾਈ, ਅਤੇ ਇਹ ਮੈਂ ਦੋਨਾਂ ਨੂੰ ਕਰਤਾ ਜੁਆਇਨ। ਤਾਂ ਆਹ ਵੀ ਕੀ ਹੋਏਗੀ, 5, ਆ ਕਿਆ ਹੋਏਗੀ 4, ਆ ਕਿਆ ਹੋਏਗੀ 4। ਦੇਖੋ ਸਿਰਫ 2 ਸਾਈਡਸ ਗਿਵਨ ਸੀਗੀਆਂ, ਆਪਣੀ ਰੈਕਟੈਂਗਲ ਡਰਾ ਹੋ ਗਈ। ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਜੇ ਆਪਣੇ ਕੋਲ ਕੋਈ 2 ਮੇਜਰਮੈਂਟਸ ਵੀ ਗਿਵਨ ਹੋਣ ਤਾਂ ਆਪਣੀ ਜਿਹੜੀ ਰੈਕਟੈਂਗਲ ਹੈ ਉਹ ਕੰਸਟਰਕਟ ਹੋ ਜਾਂਦੀ ਹੈ। ਇਸ ਲਈ ਆਪਣਾ ਆਂਸਰ ਕੀ ਆ ਜਾਏਗਾ, ਆਪਸ਼ਨ ਨੰਬਰ 1, 2, ਕਿ ਆਪਾਂ ਨੂੰ ਕੋਈ 2 ਮੇਜਰਮੈਂਟਸ ਗਿਵਨ ਹੋਣ ਤਾਂ ਆਪਣੀ ਜਿਹੜੀ ਰੈਕਟੈਂਗਲ ਹੈ ਉਹ ਕੰਸਟਰਕਟ ਹੋ ਜਾਂਦੀ ਹੈ। ਧੰਨਵਾਦ ਬੱਚੋਂ।